ਪਤਾ ਨਹੀਂ ਉਹ ਬਾਚਾ ਮਮਾ ਕਿੱਥੇ ਪੜਦਾ ਰਿਹਾ ਐਲਬਮ ਦਾ ਨਾਮ ਬੜਾ ਔਖਾ ਹੈ ਐਲਬਮ ਦਾ ਨਾਮ ਬੈਲ अस्सलाम वालेकुम जनाब क्या हालचाल है सारेयां दा ठीक ठाक हो वेलकम टू मेरान ब्रोस चैनल लो जी असि अपनी नेक्स्ट वीडियो नाल दोबारा हाजिर हो गए हैं ते अगली साडी नेक्स्ट वीडियो है जिदे ते असि जो कुछ करांगे दसणगे अहमद साहब यार एक्चुअली सीन है कि मैं वा फैन डाई हार्ड फैन करण ओजले दा ठीक है करण ओजला लव है भाई जी ते भाईजान सिद्धू मूसेवाले दे फैन ने नो डाउट दोए बहुत अच्छे सिंगर ने दोए लेजेंडरी सिंगर ने इधर दे लिरिक्स कुछ दिन पहले दो तीन दिन पहले ओजले ने अपना इंट्रो ड्रॉप किया यूट्यूब ਕਲਾਰਾ ਪੈ ਗਿਆ ਭਾਈ ਜੀ ਤੇ ਉਹ ਉਹਦੇ ਤੇ ਅਸੀਂ ਰਿਐਕਸ਼ਨ ਕਰਨ ਲੱਗੇ ਹਾਂ ਮੈਂ ਉਹ ਇੰਟਰੋ ਦੇਖਿਆ ਸ਼ੈਰੀ ਨੂੰ ਇੰਟਰੋ ਅਜੇ ਤੱਕ ਨਹੀਂ ਦੇਖਿਆ ਤੇ ਮੈਂ ਸ਼ੈਰ ਸਾਹਿਬ ਨੂੰ ਇੰਟਰੋ ਤੋਂ ਕਹਾਂਗਾ ਸ਼ੈਰ ਸਾਹਿਬ ਮੈਨੂੰ ਬਿਠਾ ਬਿਠਾ ਕੇ ਰਿਐਕਸ਼ਨ ਕਰਾ ਦੇ ਮੂਸੇ ਵਾਲੇ ਦੇ ਤੇ ਮੈਂ ਹੁਣ ਤੂੰ ਵੀ ਬਹਿ ਜਾਣਾ ਓਜਲੇ ਦੀ ਵਾਰੀ ਆ ਗਈ ਬਹੁਤ ਮਜ਼ਾ ਆਏਗਾ ਜਿਸਲੇ ਇਸ ਤਰਫੋਂ ਓਜਲੇ ਦਾ ਸੌਂਗ ਆਏਗਾ ਉਸ ਤਰਫੋਂ ਸਿੱਧੂ ਭਾਜੀ ਦਾ ਗਾਣਾ ਆਏਗਾ ਸੌਂਗ ਆਏਗਾ ਤੇ ਫਿਰ ਉਹ ਜ਼ਰਾ ਪੀਸ ਹੈ ਦੋਵਾਂ ਵਾਸਤੇ ਬਿਲਕੁਲ ਠੀਕ ਹੈ ਦੋਏ ਕਲਾਕਾਰ ਨੇ ਸਿੰਗਰਸ ਨੇ ਆਰਟਿਸਟ ਨੇ ਸਾਡੀ ਦੋਵਾਂ ਦੋਵਾਂ ਵਾਸਤੇ ਨੇ ਜਿਹੜਾ ਨਾ ਕੋਈ ਹੇਟ ਨਹੀਂ ਹੈ ਕੋਈ ਕੁਝ ਨਹੀਂ ਹੈ ਸਿਰਫ ਆਪਣੀ ਆਪਣੀ ਤੁਹਾਡੀ ਪਸੰਦ ਹੈ ਠੀਕ ਹੈ ਤੇ ਉਸ ਹਿਸਾਬ ਨਾਲ ਹੀ ਬਾਕੀ ਸ਼ੈਰੀ ਸਾਹਿਬ ਬਕਵਾਸ ਬਾਅਦ ਚ ਕਰਨਗੇ ਤੇ ਅਸੀਂ ਪਹਿਲੇ ਦੇਖ ਲਈ ਇੰਟਰੋ ਇਹਨਾਂ ਦੇ ਹਾਈਲਾਈਟਸ ਦੇਖ ਲਈਏ ਤੇ ਨਾਮ ਹੈ ਜੀ ਸ਼ੈਰੀ ਸਾਹਿਬ ਨਾਮ ਤੁਸੀਂ ਆਪ ਪੜ੍ਹ ਲਓ ਨਾਮ ਬੜਾ ਮੁਸ਼ਕਲ ਹੈ ਕਾਫੀ ਕੋਸ਼ਿਸ਼ ਕੀਤੀ ਅਸੀਂ ਪੜ੍ਹਨ ਦੀ ਲੇਕਿਨ ਨਹੀਂ ਪੜ੍ਹਨ ਹੋਇਆ ਤੇ ਇੰਟਰੋ ਜੀ ਕਰਨੇ ਆ ਪਲੇ संदीप रेहान रेहान रैकर्ड्स की दसा मैं अपने बारे जिंदगी ने की सिखाया ते की दिखाया तीन कमरे एक रसोई बेबे दा उही सूट ते बापू दी उही लोई अज भी उहदी बुक्कल वर्गा निग दंदी है ताही एक नाल लाके रख ते दस्या सी उहने भी बाली थां ना लाई ताही एक नाल लाके रखदा ते आ जिंदगी दा मैनू पता सी वी रब तो उधारी है ते छोटे हुंदे पंडित कह गया सी वी शनि मुंडे ते भारी है कलेलां ते कटोड़ियां तों कन्नां ते गोलियां तक दा सफर लगे कंडियां तों गड्डे झंडियां तक दा सफर कुड़ियां पहलां तों ते हुण महिलां तक दा सफर नाले टैमां माड़ियां तों अखाड़ियां तक दा सफर सफर चल रिहा है ते सफर जारी होगा सफर जारी जट बस स्वाद लेगा आखरी गल जिहड़े कहिंदे जवाक आ इहदे दिमाग नहीं ओ कमले ओ इह तां उही गल करती भी है ओ सुरा ਜਿਹਦਾ ਕੋਈ ਰਾਗ ਨਹੀਂ ਜਿਹਦਾ ਕੋਈ ਰਾਗ ਟੇਪ ਪਹਿਲੀ ਆ ਬਾਬਿਓ ਪਰ ਆਖਰੀ ਨਹੀਂ ਚੱਕ ਦੋ ਕੰਮ ਤੇ ਕਰ ਲਓ ਸਪੀਕਰਾਂ ਦੀ ਆਵਾਜ਼ ਖਲਾਰਾ ਪੈਣ ਵਾਲਾ ਬਾਈ ਜੀ ਖਲਾਰਾ ਪੈਣ ਵਾਲਾ ਬਾਈ ਜੀ ਖਲਾਰਾ ਪੈਣ ਵਾਲਾ ਬਾਈ ਜੀ ਯਾਰੀ ਸਾਹਿਬ ਮਜ਼ਾ ਆਉਣਾ ਲੈ ਮਜ਼ਾ ਯਾਰ ਮੈਂ ਸੀਰੀਅਸਲੀ ਬਹੁਤ ਵੇਟ ਕਰ ਰਿਹਾ ਟੇਪ ਦਾ ਜਿਹੜੀ ਇਹਦੀ ਟੇਪ ਆ ਰਹੀ ਹੈ ਟਰੂ ਸਕੂਲ ਦੇ ਨਾਮ ਤੋਂ ਹੈ ਅਤੇ ਐਕਸਟ੍ਰੀਮਲੀ ਐਕਸਾਈਟਿਡ ਹਾਂ ਮੈਂ ਇਸ ਵਾਸਤੇ ਅਤੇ ਕੁਝ ਨਾ ਪੁੱਛੋ ਇਸ ਵੇਲੇ ਨਾ ਫੁੱਲ ਵੇਟ ਓਜਲਾ ਚੱਲ ਰਿਹਾ ਅੰਦਰ ਸ਼ਹਿਰ ਸਾਹਿਬ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਨਹੀਂ ਨਹੀਂ ਅੱਛਾ ਅੱਛਾ ਉਹਦਾ ਇੰਟਰੋ ਜੋ ਹੈ ਬਹੁਤ ਮਜ਼ੇਦਾਰ ਅਤੇ ਉਮੀਦ ਹੋਈ ਜਿਸ ਤਰ੍ਹਾਂ ਉਹਨੇ ਕਿਹਾ ਨਾ ਖਲਾਰਾ ਪੈਣ ਵਾਲਾ ਅਤੇ ਖਲਾਰਾ ਪੈ ਜਾਣਾ ਭਾਅ ਜੀ ਕਿਉਂਕਿ ਓਜਲਾ ਸਾਹਿਬ ਵੀ ਸਟਾਰਟ ਹੋ ਜਾਣੇ ਨੇ ਤੇ ਉਹ ਤੋਂ ਮਜ਼ਾ ਆਇਆ ਅੱਗ ਲੱਗ ਜਾਣੀ ਤੇ ਫਿਰ ਹਾਲੀ ਰੋਲੇ ਤਲੇ ਪੈ ਜਾਣੇ ਉਧਰੋਂ ਸਿੱਧੂ ਮੂਸੇਵਾਲਾ ਉਧਰੋਂ ਕਰਨ ਓਜਲਾ ਪਿੱਛੇ ਪਿੱਛੇ ਅਸੀਂ ਵੀ ਇਹਨਾਂ ਦੇ ਮਗਰ ਮਗਰੀਆਂ ਪਾਈ ਪਏ ਫਿਕਰ ਉਹ ਤੇ ਇਸੇ ਤਰ੍ਹਾਂ ਤੁਹਾਨੂੰ ਅਸੀਂ ਹਾਜ਼ਰ ਹੁੰਦੇ ਰਹਾਂਗੇ ਵੀਡੀਓਜ਼ ਤੇ ਐਸੀ ਜੀ ਸਾਡਾ ਕਰਨ ਓਜਲੇ ਦੇ ਰਿਐਕਸ਼ਨ ਇੰਟਰੋ ਤੇ ਇਨਸ਼ਾਅੱਲਾ ਜਿਹੜੇ ਐਲਬਮ ਆਏਗੀ ਤੇ ਐਲਬਮ ਦੇ ਰਿਐਕਸ਼ਨ ਤੇ ਮੁਲਾਕਾਤ ਹੋਏਗੀ ਆਪਣਾ ਢੇਰ ਸਾਰਾ ਖਿਆਲ ਰੱਖੋ ਹੁਣ ਸਾਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਅੱਲਾਹ